ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪੰਜਾਬੀ ਦੇ ਉਸ ਮਹਾਨ ਫੋਕ ਸਿੰਗਰ ਅਤੇ ਸਟੇਜਾਂ ਦੇ ਬਾਦਸ਼ਾਹ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗਰੀਬੀ ਵਿੱਚ ਓਟ ਕੇ ਕਾਮਯਾਬੀ ਦੀਆਂ ਉਹਨਾਂ ਬਲੰਦੀਆਂ ਤੇ ਪਹੁੰਚੇ ਜਿੱਥੇ ਹਰ ਕੋਈ ਸਿੰਗਰ ਪਹੁੰਚਣ ਦਾ ਸੁਪਨਾ ਦੇਖਦਾ ਹੈ ਜੀ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਲਾਹਵੀਰ ਜੀ ਬਾਰੇ ਲਾਹਵੀਰ ਜੀ ਦਾ ਜਨਮ ਪਿਤਾ ਭਜਨ ਸਿੰਘ ਦੇ ਘਰ ਮਾਤਾ ਬੀਰੋ ਦੀ ਕੁੱਖੋਂ ਪਿੰਡ ਅਚਾਨਕ ਜ਼ਿਲ੍ਹਾ ਮਾਨਸਾ ਵਿੱਚ ਹੋਇਆ ਲਾਵ ਹੀਰਾ ਜੀ ਦੀ ਮੈਰਿਜ ਲਾਈਫ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਤਨੀ ਦਾ ਨਾਮ ਗੁਰਵਿੰਦਰ ਕੌਰ ਹੈ ਅਤੇ ਉਹਨਾਂ ਦੇ ਦੋ ਲੜਕੇ ਹਨ ਉਹਨਾਂ ਦਾ ਬਚਪਨ ਦਾ ਨਾਮ ਤਾਂ ਲਾਵੀ ਸੀ ਉਹ ਬਚਪਨ ਤੋਂ ਹੀ ਸੰਗੀਤ ਅਤੇ ਸਿਹਤ ਨਾਲ ਜੁੜੇ ਹੋਏ ਸਨ ਜਦੋਂ ਉਹ 8ਵੀਂ ਜਮਾਤ ਵਿੱਚ ਸਨ ਉਹਨਾਂ ਨੇ ਇੱਕ ਲੇਖ ਲਿਖਿਆ ਸੀ ਜਿਸ ਨੂੰ ਉਸ ਦੇ ਅਧਿਆਪਕ ਹਰਿੰਦਰ ਸ਼ਰਮਾ ਨੇ ਇਕਾਲੀ ਪੱਤਰਕਾ ਵਿੱਚ ਪ੍ਰਕਾਸ਼ਿਤ ਕੀਤਾ ਸੀ ਜਦੋਂ ਇਹ ਲੇਖ ਬੰਗਾ ਦੇ ਪ੍ਰੋਫੈਸਰ ਲਾਲ ਮਨੋਹਰਾਜੀ ਨੇ ਪੜ੍ਹਿਆ ਤਾਂ ਉਹਨਾਂ ਨੂੰ ਇਹ ਬਹੁਤ ਪਸੰਦ ਆਇਆ ਉਸ ਦਿਨ ਤੋਂ ਬਾਅਦ ਲਾਲ ਮਲਹੋਤਰਾ ਜੀ ਨੇ ਇਹਨਾਂ ਦਾ ਨਾਮ ਲਾਹਤੂ ਲਾਹਵੀਰਾ ਕਰ ਦਿੱਤਾ ਪ੍ਰੋਫੈਸਰ ਲਾਲ ਮਲਹੋਤਰਾ ਜੀ ਨੇ ਲਾਹਵੀਰਾ ਨੂੰ ਇੱਕ ਪੱਤਰ ਵੀ ਲਿਖਿਆ ਜੋ ਅੱਜ ਵੀ ਲਾਹਵੀਰਾ ਜੀ ਦੁਆਰਾ ਸੰਭਾਲ ਕੇ ਰੱਖਿਆ ਹੋਇਆ ਹੈ ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਅਚਾਨਕ ਤੋਂ ਹੀ ਪ੍ਰਾਪਤ ਕੀਤੀ ਇਸ ਤੋਂ ਬਾਅਦ ਉਹ ਗੁਰੂ ਨਾਨਕ ਕਾਲਜ ਬੁਰਲਾਡਾ ਵਿੱਚ ਸ਼ਾਮਲ ਹੋ ਗਏ ਲਾਹਵੀਰਾ ਜੀ ਕਾਲਜ ਵਿੱਚ ਹੋਣ ਵਾਲੀਆਂ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਂਦੇ ਅਤੇ ਕਈ ਮੁਕਾਬਲਿਆਂ ਵਿੱਚ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਅਤੇ ਗੁਰੂ ਨਾਨਕ ਕਾਲਜ ਬਰਲਾਡਾ ਦਾ ਨਾਮ ਵੀ ਰੋਸ਼ਨ ਕੀਤਾ। ਲਾ ਵੀਰ ਜੀ ਦੀ ਗੈਕਿਉ ਨੂੰ ਦੇਖਦੇ ਆਂ ਭਿੱਖੀ ਦੇ ਇੱਕ ਕਾਲਜ ਨੇ ਉਹਨਾਂ ਨੂੰ ਇੱਕ ਪ੍ਰਸਤਾਵ ਭੇਜਿਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਾਡੇ ਕਾਲਜ ਵਿੱਚ ਸ਼ਾਮਲ ਹੋਣਗੇ ਤਾਂ ਉਹਨਾਂ ਦੀ ਸਾਰੀ ਪੜ੍ਹਾਈ ਦਾ ਖਰਚਾ ਕਾਲਜ ਵੱਲੋਂ ਫ੍ਰੀ ਕੀਤਾ ਜਾਵੇਗਾ ਅਤੇ ਹੋਰ ਵੀ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਉਹਨਾਂ ਨੇ 12ਵੀਂ ਕਲਾਸ ਵਿੱਚ ਨੇਸ਼ਨਲ ਕਾਲਜ ਪਿੱਖੀ ਵਿੱਚ ਦਾਖਲਾ ਲੈ ਲਿਆ ਅਤੇ ਇੱਥੇ ਵੀ ਕਈ ਕੰਪੀਟੀਸ਼ਨਾਂ ਵਿੱਚ ਭਾਗ ਲਿਆ ਅਤੇ ਕਾਲਜ ਨੂੰ ਬੁਲੰਦੀਆਂ ਤੇ ਪਹੁੰਚਾਇਆ ਜੇਕਰ ਉਹਨਾਂ ਦੇ ਇਸ ਗੀਤਕ ਕੈਰੀਅਰ ਬਾਰੇ ਗੱਲ ਕਰੀਏ ਤਾਂ ਉਹ ਮੱਧ ਵਰਗੀ ਪਰਿਵਾਰ ਵਿੱਚ ਹੋਣ ਕਾਰਨ ਉਹਨਾਂ ਨੂੰ ਇਸ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਤਾਂ ਸ਼ੁਰੂਆਤੀ ਦਿਨਾਂ ਵਿੱਚ ਜਦੋਂ ਉਹ ਬੁਢਲਾਡਾ ਵਿਖੇ ਰਹਿੰਦੇ ਸਨ ਕਿਸ ਕਮਰੇ ਦਾ ਕਿਰਾਇਆ ਸੀ 60 ਰੁਪਏ ਤੇ ਕਈ ਵਾਰ ਇਦਾਂ ਦੇ ਹਾਲਾਤ ਬਣ ਜਾਂਦੇ ਸਨ ਕਿ ਉਹਨਾਂ ਕੋਲੇ 60 ਰੁਪਏ ਕਿਰਾਇਆ ਦੇਣ ਲਈ ਵੀ ਨਹੀਂ ਹੁੰਦੇ ਸਨ ਇਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ। ਲਾਹਵੀਰਾ ਜੀ ਨੇ ਸਿੰਗਿੰਗ ਦੀ ਤਾਲੀਮ 우ਸਤਾਦ ਦਲਵਰ ਸਿੰਘ ਦਲਵਰ ਤੋਂ ਲਈ ਜਿਨ੍ਹਾਂ ਨੂੰ ਅੱਜਕੱਲ ਅਸੀਂ ਦਲਵਰ ਦਰਵੇਸ਼ ਦੇ ਨਾਮ ਤੇ ਵੀ ਜਾਣਦੇ ਹਾਂ। ਇੱਕ ਵਾਰ ਜਦੋਂ ਲਾਹਵੀਰਾ ਜੀ ਦਾ ਖਾੜਾ ਲੱਗਿਆ ਹੋਇਆ ਸੀ ਉੱਥੇ ਆਨੰਦ 뮤ਜ਼ਿਕ ਕੰਪਨੀ ਵਾਲੇ ਆਏ ਹੋ ਸਨ ਤਾਂ ਉਹਨਾਂ ਨੇ ਲਾਹਵੀਰਾ ਜੀ ਦਾ ਲਾਈਵ ਸ਼ੋਅ ਦੇਖਿਆ ਅਤੇ ਇਸ ਤੋਂ ਬਹੁਤ ਪ੍ਰਭਾਵਿਤ ਹੋਏ। ਅਤੇ ਉਹਨਾਂ ਨੇ ਲਾਹਵੀਰਾ ਜੀ ਨਾਲ ਐਲਬਮ ਰਿਕਾਰਡ ਕਰਨ ਦੀ ਗੱਲ ਕੀਤੀ। ਲਾਵੀਰਾ ਜੀ ਨੇ ਉਹਨਾਂ ਨੂੰ ਐਲਬਮ ਰਿਕਾਰਡ ਕਰਨ ਲਈ ਹਾਂ ਕਰ ਦਿੱਤੀ। ਇਸ ਤੋਂ ਬਾਅਦ ਉਹਨਾਂ ਦੀ ਪਹਿਲੀ ਕੈਸਟ ਆਈ ਖੜੀ ਟੇਸ਼ਨ ਤੇ ਰਹੇਗੀ ਆਪ ਤੂੰ ਗੱਡੀ ਚੜ ਗਿਆ ਵੇ ਜੋ ਕਿ ਮਾਰਕੀਟ ਦੇ ਵਿੱਚ ਬਹੁਤ ਹੀ ਸੁਪਰ ਡੂਪਰ ਹਿੱਟ ਰਹੀ। ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਖੜੀ ਟੇਸ਼ਨ ਤੋਂ ਰਹੇਗੀ ਕੈਸਟ ਤੋਂ ਪਹਿਲਾਂ ਵੀ ਉਹਨਾਂ ਦੀ ਇੱਕ ਕੈਸਟ ਰਿਕਾਰਡ ਹੋ ਚੁੱਕੀ ਸੀ ਜੋ ਕਿ ਉਹਨਾਂ ਨੇ ਡੈੱਕ ਦੇ ਦੁਆਰਾ ਰਿਕਾਰਡ ਕੀਤੀ ਸੀ। ਜਿਸ ਦਾ ਟਾਈਟਲ Song ਸੀ ਤੇਰੀ ਫੋਟੋ ਖਿੱਚਲਾ ਹਾਨਦੀ ਐ ਨੀ ਨਖਰੇ ਕਰਦੀ ਦੀ ਜਿਸ ਨਾਲ ਉਹਨਾਂ ਦਾ ਥੋੜਾ ਬਹੁਤਾ ਨਾਮ ਆਪਣੇ ਇਲਾਕੇ ਵਿੱਚ ਬਣ ਚੁੱਕਿਆ ਸੀ ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਾ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤ ਉਹਨਾਂ ਨੇ ਪੰਜਾਬੀ ਸਰੂਤਿਆਂ ਦੀ ਝੋਲੀ ਵਿੱਚ ਪਾਏ ਜੇਕਰ ਉਹਨਾਂ ਦੀਆਂ ਸੁਪਰ ਹਿੱਟ ਕੈਸਟਾਂ ਦੀ ਗੱਲ ਕਰੀਏ ਤਾਂ ਖੜੀ ਟੇਸ਼ਨ ਤੇ ਰਹਿ ਗਈ ਚੜਦਾ ਸੀ ਜਨ ਹੱਸ ਕੇ ਅਸਲੀ ਆਸ਼ਕ ਕੱਬਰੂ ਦਾ ਦਿਲ ਰੋਪਿਆ ਇਸ਼ਕ ਦੇ ਮਾਰੇ ਨਾ ਵੇ ਸੱਜਣਾ ਨਾ ਲੱਗੀ ਪੜਨ ਪਟਿਆਲੇਨੀ ਆਦੀ ਉਹਨਾਂ ਦੀਆਂ ਹੁਣ ਤੱਕ ਲਗਭਗ 50 ਐਲਬਮ ਮਾਰਕੀਟ ਦੇ ਵਿੱਚ ਆ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਲਗਭਗ ਸੁਪਰ ਡੂਪਰ ਹਟ ਰਹੀਆਂ ਹਨ ਦੋਸਤੋ ਜੇਕਰ ਆਪਾਂ ਲਾ ਵੀਰਾ ਜੀ ਦੇ ਅਵਾਰਡਾਂ ਦੀ ਗੱਲ ਕਰੀਏ ਤਾਂ ਉਹ ਬੈਸਟ ਫੋਕ ਸਿੰਗਰ ਐਟ ਐਨੂਅਲ ਅਵਾਰਡ ਇਨ ਕੈਨੇਡਾ 2004 ਵਿੱਚ ਜਿੱਤ ਚੁੱਕੇ ਹਨ ਇਸ ਤੋਂ ਇਲਾਵਾ ਉਹ ਆਲਮ ਲੋਹਾਰ ਅਵਾਰਡ ਵੀ ਜਿੱਤ ਚੁੱਕੇ ਹਨ ਲਾ ਵੀਰਾ ਜੀ ਦਾ 2019 ਵਿੱਚ ਦੀਪ ਜੰਡੂ ਅਤੇ ਕਰਨ ਔਜਲਾ ਨਾਲ ਆਇਆ ਗੀਤ ਗੋਲੀ ਬਹੁਤ ਹੀ ਮਕਬੂਲ ਹੋਇਆ ਇਸ ਤੋਂ ਬਾਅਦ ਉਹਨਾਂ ਦਾ ਆਰਨੇਟ ਨਾਲ ਆਇਆ ਗੀਤ ਰੀਲਾਂ ਵਾਲਾ ਡਿੱਕ ਵੀ ਸੁਪਰ ਡੁਪਰ ਹਟ ਰਿਹਾ ਇੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬੀ 뮤직 ਇੰਡਸਟਰੀ ਦੇ ਨਾਮ ਵਾਰ ਗਾਇਕ ਆਰਨੇਟ ਕਰਨ ਔਜਲਾ ਦੀਪ ਚੰਡੂ ਹਰਫ ਚੀਮਾ ਸਿੱਧੂ ਮੂਸੇਵਾਲੇ ਵਰਗੇ ਨੌਜਵਾਨ ਸਿੰਗਰ ਉਹਨਾਂ ਦੇ ਬਹੁਤ ਵੱਡੇ ਫੈਨ ਹਨ ਲਾਵੀ ਰਾਜੀ ਨੂੰ ਜੇਕਰ ਸਟੇਜਾਂ ਦਾ ਬਾਦਸ਼ਾਹ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿਉਂਕਿ ਉਹ ਸਟੇਜ ਉੱਤੇ ਲੰਬੇ ਸਮੇਂ ਤੱਕ ਗਾਉਣਾ ਅਤੇ ਦਰਸ਼ਕਾਂ ਨੂੰ ਕੀਲਣ ਦੀ ਕਾਬਲੀਅਤ ਰੱਖਦੇ ਹਨ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿੱਥੇ ਉਹਨਾਂ ਨੇ ਆਪਣਾ ਲਾਈਵ ਸ਼ੋਅ ਨਾ ਕੀਤਾ ਹੋਵੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਲਾਵੀ ਰਾਜੀ ਇਸੇ ਤਰ੍ਹਾਂ ਹੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣ ਅਤੇ ਕਾਮਯਾਬੀ ਦੀਆਂ ਸਿਖਰਾਂ ਨੂੰ ਛੁੰਦੇ ਰਹਿਣ